13 ਅਪ੍ਰੈਲ 2020 ਦਾ ਉਹ ਵਿਸਾਖੀ ਦਾ ਦਿਹਾੜਾ ਜਦ ਪੂਰੀ ਦੁਨੀਆ ਵਿੱਚ ਪੂਰੀ ਦੁਨੀਆ ਵਿੱਚ ਜਿਹੜਾ ਕੋਵਿਡ ਮਹਾਮਾਰੀ ਸੀ ਉਹ ਪੂਰੇ ਜ਼ੋਰ ਤੇ ਸੀਗੀ ਦੁਨੀਆ ਦੇ ਹਵਾਈ ਅੱਡੇ ਜਿਹੜੇ ਖਾਸ ਕਰਕੇ ਉਹਨਾਂ ਤੇ ਜਿਹੜੇ ਜਹਾਜ਼ ਸਨ ਉਹ ਉੱਥੇ ਜਿੱਥੇ ਪਾਰਕ ਸਨ ਉੱਥੇ ਹੀ ਸੀਗੇ ਹਜ਼ਾਰਾਂ ਲੋਕ ਜਿਹੜੇ ਵਿਦੇਸ਼ੀ ਦੂਜੇ ਮੁਲਕਾਂ ਨੂੰ ਗਏ ਸਨ ਉੱਥੇ ਫਸ ਗਏ ਕੋਈ ਕਿਤੇ ਘੁੰਮਣ ਗਿਆ ਸੀ ਕੋਈ ਆਪਣੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਗਿਆ ਸੀ ਇਸੇ ਤਰ੍ਹਾਂ ਕਈ ਪੰਜਾਬੀ ਪਰਿਵਾਰ ਜਿਹੜੇ ਸਨ ਉਹ ਯੂਕੇ ਕੈਨੇਡਾ ਵਿਦੇਸ਼ ਤੋਂ ਪੰਜਾਬ ਵੱਲੋਂ ਆਏ ਸਨ ਤੇ ਇਸੇ ਤਰ੍ਹਾਂ ਵੱਡੀ ਗਿਣਤੀ ਜੜੀ ਸਗੀ ਉਹ ਯੂਕੇ ਤੋਂ ਜੜੀ ਸਗੀ ਉਹ ਇਸ ਸਮੇਂ ਪੰਜਾਬ ਵਿੱਚ ਆਈ ਹੋਈ ਸੀ ਯੂਕੇ ਦੀ ਸਰਕਾਰ ਨੇ ਆਪਣੇ ਨਾਗਰਿਕਾਂ ਨੂੰ ਵਾਪਸ ਘਰ ਲਿਜਾਣ ਲਈ ਫਿਰ ਵਿਸ਼ੇਸ਼ ਉਡਾਨਾਂ ਦਾ ਪ੍ਰਬੰਧ ਕੀਤਾ ਤੇ ਇੱਕ ਵੱਡੀ ਮੰਗ ਜਿਹੜੀ ਸਗੀ ਬੜੀ ਦੇਰ ਤੋਂ ਕਿ ਬ੍ਰਿਟਿਸ਼ ਏਅਰਵੇਜ਼ ਵੀ ਜਾਂ ਏਅਰਲਾਈਨਸ ਡਾਇਰੈਕਟ ਅੰਮ੍ਰਿਤਸਰ ਤੋਂ ਫਲਾਈਟਸ ਸ਼ੁਰੂ ਕਰਨ ਖਾਸ ਕਰਕੇ ਯੂਕੇ ਲਈ ਏਅਰ ਇੰਡੀਆ ਵੱਲੋਂ ਆਪਰੇਟ ਕੀਤੀਆਂ ਜਾ ਰਹੀਆਂ ਸਨ ਕੋਵਿਡ ਤੋਂ ਪਹਿਲਾਂ ਪਰ ਪਹਿਲੀ ਵਾਰ ਹੋਇਆ ਹੈ ਹਿਸਟਰੀ ਵਿੱਚ ਜਦ ਸ੍ਰੀ ਅੰਮ੍ਰਿਤਸਰ ਸਾਹਿਬ ਖਾਸ ਕਰਕੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਵਾਈ ਅੱਡਾ ਦਿੱਲੀ ਤੋਂ ਬਾਅਦ ਸਭ ਤੋਂ ਬੀਜ਼ੀਸਟ ਵਾਈ ਅੱਡਾ ਸੀਗਾ ਭਾਰਤ ਦਾ ਜਿੱਥੇ ਕੀ ਉਡਾਨਾਂ ਜਿਹੜੀਆਂ ਸਨ ਵਿਸ਼ੇਸ਼ ਵਿਦੇਸ਼ੀ ਨਾਗਰਿਕ ਜਿਹੜੇ ਪੰਜਾਬ ਵਿੱਚ ਸਨ ਉਹਨਾਂ ਨੂੰ ਵਾਪਸ ਲੈ ਕੇ ਜਾ ਰਹੀਆਂ ਸਨ ਪਹਿਲਾ ਕੈਨੇਡਾ ਲਈ ਤੇ ਇਸੇ ਤਹਿਤ ਬ੍ਰਿਟਿਸ਼ 에ਅਰਵੇਜ਼ ਜਿਹੜੀ ਸੀ 13 April 2020 ਨੂੰ ਜਿਹੜਾ ਹੈ ਉਹਨਾਂ ਦਾ ਜਹਾਜ਼ ਜਿਹੜਾ ਹੈ ਉਹ ਪਹਿਲੀ ਵਾਰ ਜਿਹੜਾ ਹੈ ਅੰਮ੍ਰਿਤਸਰ ਸਾਹਿਬ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਵਾਇਅਡੇ ਤੇ ਲੈਂਡ ਹੋਇਆ ਤੇ ਇੱਥੋਂ ਵੱਡੀ ਗਿਣਤੀ ਵਿੱਚ ਫਿਰ ਉਹ ਜਿਹੜਾ ਹੈ ਯਾਤਰੀਆਂ ਨੂੰ ਜਿਹੜਾ ਹੈ ਵਾਪਸ ਲੈ ਕੇ ਗਿਆ 200 ਤੇ ਕੁਝ ਜਿਹੜੀਆਂ ਸਵਾਰੀਆਂ ਸਨ ਉਹ 250 ਤੋਂ ਵੱਧ ਜਿਹੜੀਆਂ ਸਵਾਰੀਆਂ ਸਨ ਉਹ ਵਾਪਸ ਲੈ ਕੇ ਉਹ ਫਿਰ ਯੂਕੇ ਵਾਲੂ ਲੰਡਨ ਵਾਲੂ ਗਿਆ ਇਸ ਤੋਂ ਬਾਅਦ ਅਣਗਿਣਤ ਫਲਾਈਟਾਂ ਜੜੀਆਂ ਸਨ ਬ੍ਰਿਟਿਸ਼ ਏਅਰਵੇਜ਼ ਵੱਲੋਂ ਤੇ ਨਾਲ ਦੀ ਨਾਲ ਉਹਨਾਂ ਕੁਝ ਫਲਾਈਟਸ ਕਤ ਰੇਅਰਵੇਜ਼ ਵੱਲੋਂ ਜੜੀਆਂ ਸਨ ਆਪਰੇਟ ਹੋਈਆਂ ਯੂਕੇ ਦੀ ਗਵਰਨਮੈਂਟ ਵੱਲੋਂ ਜੜੀਆਂ ਕਿ ਯੂਕੇ ਦੇ ਨਾਗਰਿਕਾਂ ਨੂੰ ਵਾਪਸ ਉਹਨਾਂ ਦੇ ਘਰ ਘਰ ਤੇ ਪੰਜਾਬ ਵੀ ਉਹਨਾਂ ਦੇ ਸਿੱਗੇ ਪਰ ਹੁਣ ਕਿਉਂਕਿ ਉਹ ਨਾਗਰਿਕ ਯੂਕੇ ਦੇ ਨੇ ਉੱਥੋਂ ਉਹਨਾਂ ਨੂੰ ਵਾਪਸ ਲੈ ਕੇ ਗਈਆਂ ਤੇ ਤਸਵੀਰਾਂ ਜੜੀਆਂ ਨੇ ਇਹ ਤਸਵੀਰਾਂ ਹਨ ਬ੍ਰਿਟਿਸ਼ 에ਅਰਵੇਜ਼ ਦਾ ਜਹਾਜ਼ ਜਿਹੜਾ ਹੈ ਅੰਮ੍ਰਿਤਸਰ ਲੈਂਡ ਕਰ ਰਿਹਾ ਹੈ ਤੇ ਉਸ ਤੋਂ ਬਾਅਦ ਜਿਹੜੇ ਯਾਤਰੀ ਨੇ ਬ੍ਰਿਟਿਸ਼ 에ਅਰਵੇਜ਼ ਨੇ ਵੀ ਵੀਡੀਓ ਰਿਲੀਜ਼ ਕੀਤੀ ਇਹ ਵੀ ਵੀਡੀਓ ਜਿਹੜੀ ਹੈ ਉਹਨਾਂ ਨੇ ਦਿਖਾਇਆ ਕਿਸ ਤਰ੍ਹਾਂ ਉਹ ਆਪਣੇ ਨਾਗਰਿਕਾਂ ਨੂੰ ਵਾਪਸ ਲੈ ਕੇ ਜਾ ਰਹੇ ਨੇ ਯੂਕੇ ਦੀ ਗਵਰਨਮੈਂਟ ਉਹ ਆ तकरीबन 8500 ਤੋਂ ਬਾਅਦ 8800 ਯਾਤਰੀ ਜਿਹੜੇ ਸਨ ਉਹ ਅੰਮ੍ਰਿਤਸਰੋਂ ਵਾਪਸ ਜਿਹੜੇ ਨੇ ਯੂਕੇ ਲੈ ਕੇ ਜਾਏਗੇ ਇਸ ਤਰ੍ਹਾਂ ਕਿਹਾ ਹੈ ਕਿ ਵੱਡੀ ਗਿਣਤੀ ਜਿਹੜੀ ਸੀ ਵੱਡੀਆਂ ਉਡਾਨਾਂ ਵੱਡੀ ਗਿਣਤੀ ਵਿੱਚ ਕੈਨੇਡਾ ਲਈ ਵੀ ਕਤਰ 에ਅਰਵੇਜ਼ ਵੱਲੋਂ ਟੋਰਾਂਟੋ ਤੇ ਵੈਂਕੂਵਰ ਲਈ ਫਲਾਈਟਾਂ ਜਿਹੜੀਆਂ ਨੇ ਆਪਰੇਟ ਕੀਤੀਆਂ ਗਈਆਂ ਕੈਨੇਡਾ ਗਵਰਨਮੈਂਟ ਵੱਲੋਂ ਤੇ ਖਾਸ ਕਰਕੇ ਬ੍ਰਿਟਿਸ਼ 에ਅਰਵੇਜ਼ ਜਿਹੜੀ ਕਿ ਪਹਿਲਾਂ ਫਲਾਈਟਸ ਆਪਰੇਟ ਨਹੀਂ ਸੀ ਕਰਦੀ ਇਹ ਖਾਸ ਫਲਾਈਟਸ ਜਿਹੜੀਆਂ ਨੇ ਇਹ ਆਪਰੇਟ ਕੀਤੀਆਂ ਗਈਆਂ ਤੇ ਇਹ ਇੱਕ ਇਤਿਹਾਸਕ ਦਿਨ ਹੈ ਜਦ ਯੂਕੇ ਦੀ ਦੁਨੀਆ ਦੀ ਇੰਨੀ ਵੱਡੀ 에ਅਰਲਾਈਨ ਜਿਹੜੀ ਹੈ ਬ੍ਰਿਟਿਸ਼ 에ਅਰਵੇਜ਼ ਉਹ ਅਮਰੀ ਸਰਪੂਜੀ ਸੀ ਤੇ ਕਾਫੀ ਲੋਕਾਂ ਨੂੰ ਰਾਹਤ ਮਿਲੀ ਕਿ ਉਹ ਗੁਰੂ ਦੇ ਦਰ ਤੋਂ ਗੁਰੂ ਨਾਮਦਾਸ ਦੇ ਦਰ ਤੋਂ ਜੜੇ ਸਨ ਉਹ ਵਾਪਸ ਫਿਰ ਆਪਣੇ ਘਰਵਾਲੇ ਨੂੰ ਗਏ ਤੇ ਉਸ ਸਮੇਂ ਕਾਫੀ ਲੋਕਾਂ ਨੇ ਕਿਹਾ ਕਿ ਸਾਨੂੰ ਖੁਸ਼ੀ ਹੈ ਸਾਨੂੰ ਰਾਹਤ ਹੈ ਕਿ ਪੰਜਾਬ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਹਵਾਈ ਅੱਡਾ ਹੈ ਸੋ ਸਾਨੂੰ ਉਮੀਦ ਕਰਦੇ ਹਾਂ ਜਿਹੜੇ ਲੋਕ ਖਾਸ ਕਰਕੇ ਉਦੋਂ ਅੰਮ੍ਰਿਤਸਰ ਤੋਂ ਵਾਪਸ ਗਏ ਉਹ ਤਸਵੀਰਾਂ ਦੇਖ ਸਕਦੇ ਹੋ ਬ੍ਰਿਟਿਸ਼ ਏਅਰਲਾਈਨ ਦਾ ਜਹਾਜ਼ ਉਹ ਅਗਾਹ ਵੀ ਭਾਵੇਂ ਪਵੇਖ ਵਿੱਚ ਕੁਝ ਫਲਾਈਟਸ ਭਾਵੇਂ ਮਹਿੰਗੀਆਂ ਮਿਲਣ ਜਾਂ ਕਿਸ ਤਰ੍ਹਾਂ ਵੀ ਅੰਮ੍ਰਿਤਸਰ ਨੂੰ ਤਰਜੀਹ ਦੇਣ ਤੇ ਇਥੋਂ ਉਡਾਨਾਂ ਜਿਹੜੀਆਂ ਨੇ ਕਾਮਯਾਬ ਹੋ ਸਕਣ ਹੋਰ ਉਡਾਨਾਂ ਸ਼ੁਰੂ ਹੋਣ ਪਰ ਇਹ ਤਸਵੀਰਾਂ ਦੇਖੋ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਸ਼ਿਵਾਏਡੇ ਬ੍ਰਿਟਿਸ਼ 에ਅਰਵੇਜ਼ ਦਾ ਜਹਾਜ਼ ਜਿਹੜਾ ਕਿ ਅੰਮ੍ਰਿਤਸਰੋਂ ਵਾਪਸ ਯੂਕੇ ਦੇ ਨਾਗਰਿਕਾਂ ਨੂੰ ਉੱਥੇ ਰਹਿਣ ਵਾਲਿਆਂ ਨੂੰ ਉਹਨਾਂ ਨੂੰ ਵਾਪਸ ਲੈ ਕੇ ਗਿਆ ਬਹੁਤ ਬਹੁਤ ਧੰਨਵਾਦ